أعوذ بالله من الشيطان اللين الرجيم بسم الله الرحمن الرحيم يا علي تو مدى امام مومن تے منافق دی پہچان الحمد لله رب العالمين والعاقبة للمتقين وجنة للمؤمنين السلام والسلام على اشرف الانبياء والمرسلين صلوات سيد سقلائن شمس المشرقين والمغربين جد الحسن والحسين ابي القاسم محمد صلوات آدھے میرے کول نہ بیٹھ میں آئے سارے رومنو آندا بوئے جن دل وچ قبر حسین ہوئے اج ہے سات محرم دی دیہاڑ ادا دارو اج دی دیہاڑ علی دی اندھیاں دا پانی بند ہو گیا باقی ترے دیہاڑاں دا مہمان اکبر دا بابا میں آکھے میرے کول نہ بے ول خیمے ون کائے آکھے کائے کو آکھے حکم کیتا نے حکم دین مطابق اج دی مجلس وچ میڈا دل اے میں تے کو اوندے دکھ سناواں جن دے آسرے تے علی دی دھی وطن تو ٹر پئی او میں صدقے تھیواں میں تیاری والی مجلس وچ دسا ای بھرا ڈھیروں ہن نا مان ایک تے ہوندے تے علی دیاں دھیاں دے مان دا ناں ہی عباس سونی آئے چکی تھی آئی بڑی توجہ ہو گئی علی دیاں دھیاں نے مان دا نام ہی عباس غیرت والے او جلے غازی تزین چھٹی حسین آئے بھرا دے کول جلے غازی دی نگاہ پئے نہ حسین میرے کول آیا کھڑے ہن اتھاں غازی دی وفا دیکھنی ہے بھاویں جو آخری ویلا ہے غازی کو خیال کہندا آئی انہیں سردار والے پاسے دیکھ کے جڑی غازی گل کیتی ہے آدھے میرے کول نہ بے ول خیمے ونوا ہنی کلیاں زہارا جایا اگے فوجا کولو ہن دریا ہویا تیریا بھیرا تے بھر بھلا ہوئے بھلا ہوئے بھائی بھلا ہوئے او میرے کول نہ بے کلیاں زارا جایاں اگے فوجاں کھولوں ہنا ڈریاں ہویاں تیریاں بھیڑاں تے بھر جاں تساں کوئی ڈک نہ دیکھو سید آ رہا دی وہ بھی غیرت والے حسین دی عزت والے ہو ایک باندے بزرگاں دا بڑا دکھا باندھے جے نہیں میں عباس دے دکھ پڑھا اے بند وی لازمی پڑھدا ہوں نا حسین عباس کو چاون دا ارادہ کیتے غازی دی لاش تڑپ گئی رونے تے رو کے دے میں دی لاش نہ چاہ میں اکبر نہ تے عباس نے رو حلوایا او اگے دے دھاریا تو سا ٹیک کے تلیا ہائی اوکھا اکبر بن گئی نا کربلا بن گئی کربلا نو کرا او میری لاش نہ جا میں اکبر نہ بھلا ہوئے ماتم قبول ہوگی میری لاش نہ جا
ਬਰਨਾ ਤੇ ਅਬਾਸ ਮੇਰਾ ਲਵਾਇਆ ਉਹ ਅਗੇ ਧਾਰੀਆਂ ਤੁਸਾਂ ਟੇਕ ਕੇ ਤਲੀਆਂ ਔਖਾ ਅਕਬਰ ਚਾਇਆ ਅਬਾਸ ਮਜਬੂਰੀ ਬਿਆਨ ਕੀਤੀ ਆ ਆਧੇ ਅਕਬਰ ਕਦੇ ਗੱਲ ਵਿੱਚ ਬਈ ਪਾਇਆ ਤੁਹਾਡਾ ਪੁੱਤਾਰ ਨੇ ਸਾਥ ਨਿਭਾਇਆ ਆਧੇ ਮੈਡੀ ਮਜਬੂਰੀ ਸ਼ਾਮ ਦੀ ਥੱਕੀ ਸਹਿਣ ਇਹਨਾਂ ਮੋਹਿਬਾਂ ਦੀ ਗਵਾਹ ਬਣਾਉਣ ਨੌਕਰਾ ਅਕਬਰ ਤੇਰੇ ਗੱਲ ਵਿੱਚ ਬਈ ਪਾਇਆ ਤੁਹਾਡਾ ਪੁੱਤਾਰ ਇਜ਼ਾਤ ਨਿਭਾਇਆ ਉਹ ਮੇਰੀ ਮਜਬੂਰੀ ਮੇਰੇ ਵਾਲੋ ਕੋਈ ਨਹੀਂ ਮੈਂ ਕੋਈ ਛੱਕਦਾ ਵੀ ਨਾ ਅਕਬਰ ਤੇਰੇ ਗੱਲ ਵਿੱਚ ਮਈ ਪਾਇਆ ਤੇਰਾ ਪੁੱਤਾਰ ਹੀ ਸਾਥ ਨਿਭਾਇਆ ਵੋ ਮੇਰੀ ਮਜਬੂਰੀ ਮੇਰੇ ਵਾਲੋ ਕੋਈ ਨਹੀਂ ਖੈਮੇ ਵਾਲਾ ਸੈਣ ਦਜਾ ਬੜੇ ਸੋਹਣੇ ਆਸੂ ਆ ਗਏ ਦੁਆ ਹੈ ਇਨਸ਼ਾਅੱਲਾ ਇਸੇ ਸਾਲ ਅਬਾਸ ਦੀ ਜ਼ਰੀ ਵੰਜ ਦੇਖੇ ਪਹਿਲਾ ਲਾਉਜ਼ ਮਸਾਹਿਬ ਦਾ ਆਦਾ ਦਰਜਾਤ ਬੁਲਾਂਘਣ ਬਾਬੇ ਸਾਹਿਬ ਰੋਣਾਂ ਦੇ ਉਹ ਪੜ੍ਹਦੇ ਰਹਿੰਦੇ ਹਨ ਬਹੁ ਔਖੀ ਇਜਾਜ਼ਤ ਮਿਲੀ ਏ ਮਾਸੂਮਾਂ ਦੇ ਮਾਸ਼ਕੀ ਕੋ ਮੈਂ ਜਿਹੜੀਆਂ ਬਾਸ ਦੇ ਦੁੱਖ ਪੜ੍ਹਾਂ ਨਾ ਮਿਹਨਤ ਕਰਨਾ ਉਹਨਾਂ ਅਬਾਸ ਦੇ ਦੁੱਖਾਂ 'ਤੇ ਬੇਗੌਰ ਹੀ ਨਾ ਕੀਤੀ ਕਰ ਬਾਬਾ ਸਾਹਿਬ ਰਦਾਈ ਇਹ ਉਹ ਜਰਨੈਲ ਏ ਜੇ ਹੁਸੈਨ ਦੀ ਚੁੱਪ ਖਾ ਗਈ ਜਿਹਲੇ ਸ਼ਹੀਦਾਂ ਦੇ ਸਾਰ ਇਮਰਾਨ ਇਹਨਾਂ ਦਾ ਆਲਮਾ ਨੇਜ਼ਨ 'ਤੇ ਸਵਾਰ ਕਰਕੇ ਸ਼ਹਿਰਾਂ 'ਚ ਫਿਰਾਇਨ ਨਾ ਅਤੇ ਦੇਖਣ ਵਾਲੇ ਜਿਹਲੇ ਅਕਬਰ ਤੋਂ ਦੇਦੇ ਹਨ ਅਦਨ ਜਵਾਨ ਏ ਲੜਾ ਹੋ ਸੀ ਹੁਸੈਨ ਤੋਂ ਦੇਦੇ ਹਨ ਲੜਾ ਹੋ ਸੀ ਭਾਵੇਂ ਕਾਸਿਮ ਤੋਂ ਦੇਦੇ ਹਨ ਅਦਨ ਲੜਾ ਜ਼ਰੂਰ ਹੋ ਸੀ ਮੈਂ ਕੋ ਮਿੰਬਰ ਦੀ ਕਸਮ ਹੈ ਜਿਹਲੇ ਅਬਾਸ 'ਤੇ ਦੀਦ ਪਾਉਂਦੀ ਆਈ ਨਾ ਭਾਵੇਂ ਜੋ ਦੁਸ਼ਮਣ ਇੱਕੋ ਕਹਿ ਨਾ ਲੜਨ ਦਿੱਤਾ ਹੋ ਸੀ ਇਹਦੇ ਚਿਹਰੇ ਤੇ ਮਰਨ ਤੋਂ ਬਾਅਦ ਹੀ ਲੜਨ ਦੀ ਹਸਰਤ ਬਾਕੀ ਆਈ ਭਲਾ ਹੋਏ ਸ਼ਜਰੇ ਆਬਾਦ ਹੋਣੀ ਨਸਲਾਂ ਆਬਾਦ ਹੋਣੀ ਬਹੁ ਔਖੀ ਇਜਾਜ਼ਤ ਮਿਲੀ ਮਾਂ ਸੋਮਨ ਦੇ ਮਾਸ਼ਕੀ ਕੋ ਗੈਰਤ ਵਾਲੇ ਉਜਿਰ ਲਈ ਅਬਾਸ ਵੰਨਿਆ ਨਾ ਸਰਦਾਰ ਦੇ ਕੋਲ ਕਹਿ ਲੈ ਹੁਸੈਨ ਅਕਬਰ ਚ ਆਉਂਦਾ ਹੁੰਦਾ ਸੀ ਕਹਿ ਲੈ ਕਾਸਿਮ ਦੇ ਟੁਕੜੇ ਕਹਿ ਲੈ ਹੋਰ ਦੀ ਲਾਸ਼ ਇਵੇਂ ਹਰ ਕਹਿੰਦੋ ਗਾਜ਼ੀ ਹਸਰਤ ਨਾਲ ਦੇਖਿਆ ਅਤੇ ਸਰਦਾਰ ਤੋਂ ਦੇਖ ਕੇ ਆਖਿਆ ਮਹਿਮਾਨ ਕਿਉਂ ਮਰੇ ਨੇ ਮੌਲਾ ਮੈਂ ਜੋ ਖੜਾ ਮੈਂ ਕੋ ਮੈਦਾਨ ਭੇਜ ਮੈਂ ਕੋ ਤੇਰੀ ਲੁੜਦੀ ਹਾਂਜੀ ਕਸਮ ਹੈ ਹੁਸੈਨ ਤਰੇ ਗਾਲੀ ਕਰੇਂਦਾ ਈ ਹੁਸੈਨ ਤਰੇ ਗਾਲੀ ਕਰੇਂਦਾ ਈ ਅਬਾਸ ਚੁੱਪ ਕਰਵੈਂਦਾ ਈ ਇਵੇਂ ਬਿਰਾ ਦੇ ਪਾਸੇ ਦੇਖ ਕੇ ਆਖਿਆ ਅਬਾਸ ਤੂੰ ਖਣੇ ਤਾਂ ਮੇਰੀ ਕਮਰ ਮਜ਼ਬੂਤ ਏ ਤੇਰੇ ਲਾਉਣ ਦੇ ਬਾਅਦ ਮੇਰੀ ਕਮਰ ਦਾ ਜ਼ੋਰ ਮੁੱਕ ਵੰਜਣੇ ਅਬਾਸ ਚੁੱਪ ਕਰ ਵੈਂਦਾ ਆਈ ਜਿਹੜੀ ਦੂਜੀ ਗੱਲ ਹੁਸੈਨ ਕਰੇਂਦਾ ਆਈ ਨਾ ਮਿੰਬਰ ਦੀ ਕਸਮ ਏ ਅਗਰ ਮੈਂ ਤੇ ਕੁਛ ਸਮਝਾ ਗਿੱਧੀ ਤੇ ਕੋ ਬਿਸਤਰ ਤੇ ਯਾਦ ਆ ਗਈ ਤੇਰੀ ਹੈ ਨਿਕਲ ਵੈਸੀ ਜਲੇ ਅਬਾਸ ਆਖਿਆ ਨਾ ਮੌਲਾ ਮੈਦਾਨ ਭੇਜ ਇਵੇਂ ਆਪਣੇ ਹੁਸੈਨ ਅਬਾਸ ਤੋਂ ਦੇਖ ਕੇ ਫਰਮਾਵੇ ਨਾ ਅਬਾਸ ਤੂੰ ਖੜੇ ਤਾਂ ਇਹ ਜੰਗ ਜੰਗ ਹੈ ਸਈਦ ਦੇ ਅਬਾਸ ਤੇਰੇ ਟੁਰ ਵੰਜਣ ਦੇ ਬਾਅਦ ਇਹ ਜੰਗ ਜੰਗ ਨਹੀਂ ਰਾਵਣੀ ਵੱਧ ਤੇ ਲੁੱਟ ਪਏ ਵੰਜਣੀ
ਕੋਈ ਮੈਡੀਆਂ ਧੀਆਂ ਦੇ ਦਾਜ ਲੁੱਟ ਗਏ ਸੀ, ਕੋਈ ਮੈਡੀਆਂ ਧੀਆਂ ਦੇ ਦੂਰ ਲਹਾ ਗਏ ਸੀ। ਭਲਾ ਹੋਵੇ, ਭਲਾ ਹੋਵੇ, ਭਲਾ ਹੋਵੇ ਬਈ। ਸ਼ਾਲ ਆਪਣੇ ਕੰਮ 'ਚ ਕਢਾ ਨਾ ਰਹੋ ਸ਼ਬੀ ਬੇਦਾਰ, ਵੱਤ ਜੰਗ ਜੰਗ ਨਹੀਂ ਰਵਣੀ, ਵੱਤ ਲੁੱਟ ਪਏ ਵਜਣੀ ਏ। ਕੋਈ ਮੈਡੀਆਂ ਧੀਆਂ ਦੇ ਦਾਜ ਲੁੱਟ ਗਏ ਸੀ, ਕੋਈ ਮੈਡੀਆਂ ਧੀਆਂ ਦੀਆਂ ਚਾਦਰਾਂ ਲੁੱਟ ਗਏ ਸੀ। ਅਬਾਸ ਚੁੱਪ ਕਰ ਵਹਿੰਦਾ ਈ ਗੈਰਾ ਤਲੇ ਉਹ ਜਲੇ ਡੀਂ ਢਲਣ ਦੇ ਕਰੀਬ ਹੈ ਨਾ, ਤੇ ਅਬਾਸ ਤੀਜੀ ਦਫਾ ਵੰਜ ਕੇ ਆਖੇ, ਸਰਦਾਰ ਇਜਾਜ਼ਤ ਦੇ ਮੈਂ ਮੈਦਾਨ ਵਹਿਨਾ। ਮਿੰਬਰ ਦੀ ਕਸਮ ਹੁਸੈਨ ਦੀ ਆਵਾਜ਼ ਆਉਂਦੀ, ਅਬਾਸ ਤੂੰ ਮੇਰੀ ਫੌਜ ਦਾ ਜਰਨੈਲ ਹੈ, ਤੇ ਜੇ ਫੌਜ ਦਾ ਜਰਨੈਲ ਮਰ ਵਜੇ ਉਹ ਜੰਗ ਜੰਗ ਨਹੀਂ ਰਹਿੰਦੀ। ਕਦਮਾਂ 'ਤੇ ਹੱਥ ਲਾ ਕੇ ਵੱਲ ਵੱਲ ਫੌਜ ਦਾ ਜੋ ਖੜਾ ਦੇ, ਮੈਂ ਕੋ ਦੱਸਾਂ ਉਹ ਫੌਜ ਕਿਨ ਗਈ ਜਾਂਦਾ। ਮੈਂ ਜਰਨੈਲ ਹਾਂ, ਮੇਰਾ ਅਕਬਰ ਮਾਰਾ ਗਏ, ਮੇਰਾ ਕਾਸਿਮ ਮਾਰਾ ਗਏ। ਭਲਾ ਹੋਵੇ ਬਈ, ਸ਼ਾਲ ਆਪਣੇ ਕੰਮ 'ਚ ਨਾ ਕਹੋ, ਕਿਹੜੇ ਪਾਸੇ ਦੇਖਾਂ, ਸਾਰਿਆਂ ਦਾ ਜੋ ਸਾਂਝਾ ਨੁਕਸਾਨ ਹੈ। ਉਹ ਫੌਜ ਕਿਨ ਗਈ ਆਈ ਜਾਂਦਾ ਮੈਂ ਜਰਨੈਲ ਹਾਂ, ਮੇਰੇ ਮਹਿਮਾਨ ਮਾਰੇ ਗਏ, ਮੇਰੇ ਨਾਦਾਨ ਮਾਰੇ ਗਏ। ਹੁਸੈਨ ਆਦਾ ਅਬਾਸ ਇਤਨਾ ਲਾਦਾ ਬਚ ਗਏ, ਤੂੰ ਖਣੇ ਨਾ ਇਹ ਜਿਹੜੀਆਂ ਬੈਠੀਆਂ ਨੇ ਮੁਤਮੈਨ ਨੇ। ਅਬਾਸ ਤੇਰੇ ਟੁਰ ਵੰਜਣ ਦੇ ਬਾਅਦ ਇਹਨਾਂ ਦੀ ਆਸ ਹੀ ਟੁੱਟ ਵੰਜਣੀ ਹੈ। ਗੈਰਤ ਵਾਲੇ ਹੁਣ ਅਬਾਸ ਰੋਂਦਾ ਹੋਇਆ ਆਪਣੇ ਖੇਮਾਂ ਦੇ ਅੰਦਰ ਰਹੇ। ਕਿਆ ਡਿੱਠਸ ਫਜ਼ਲ ਦੀ ਮਾਂ ਮਿੱਟੀ ਤੇ ਰੋਂਦੀ ਬੈਠੀ ਆਈ, ਨੌਕਰਾਂ ਨੌਕਰਾਂ ਅਬਾਸ ਤੇਰੇ ਲਾਉਣ ਦੇ ਬਾਅਦ ਇਹਨਾਂ ਦੀ ਆਸ ਮੁੱਕ ਵੰਜਣੀ ਹੈ। ਅਗਰ ਇਹਨਾਂ ਦੀ ਆਸ ਮੁੱਕ ਗਈ ਤਾਂ ਵੱਤ ਮੇਰੀ ਆਸ ਨਿਰਾ ਸੀ। ਅਬਾਸ ਆਪਣੇ ਖੇਮਾਂ 'ਚ ਆਏ, ਅਬਾਸ ਦੀ ਜ਼ੌਜਾ ਮਿੱਟੀ ਤੇ ਰੋਂਦੀ ਬੈਠੀ ਆਈ। ਅਬਾਸ ਅਦੇ ਮੈਦੇ ਜੀਨੇ ਮਿੱਟੀ ਤੇ ਕਿਉਂ ਬੈਠੀ ਰੋਂਦੀ? ਇਹਨੇ ਸਰਦਾਰ ਦੇ ਪਾਸੇ ਦੇਖ ਕੇ ਦੇ ਸੱਚ ਦੱਸਾ, ਤੂੰ ਜੀਂਦਾ ਹੈ? ਸਹੀ ਅਦੇ ਦੇ ਜੀਂਦਾ ਹਾਂ ਤਾਂ ਟੁਰ ਕੇ ਆਇਆ, ਤੇਰੇ ਨਾਲ ਗਾਲ ਪਿਆ ਕਰੇ ਨਾ, ਤੇਰੀ ਗਾਲ ਸੁਣਦਾ ਪਿਆ। ਅਦੀ ਜ਼ਮਾਨੇ ਵਾਸਤੇ ਜੀਂਦਾ ਹੋਸੇ, ਮੈਦੇ ਵਾਸਤੇ ਸੱਤਵੀਂ ਦਾ ਮਰ ਗਈ ਹੈ। ਅਬਾਸ ਅਦੀ ਇਹੋ ਜਿਹੀਆਂ ਗਾਲੇ ਕਿਉਂ ਪਈ ਕਰੇ ਨੀ? ਕਦਮਾਂ 'ਤੇ ਹੱਥ ਲਾ ਕੇ ਦੇ ਸੱਚ ਦੱਸਾ, ਕਾਇਨਾਤ ਦਾ ਪਾਣੀ ਕਹਿੰਦੀ ਜਾਗੀਰੇ, ਕਾਇਨਾਤ ਦੀ ਜ਼ਮੀਨ ਕਹਿੰਦੇ ਹੱਕ ਮਾਰੀ ਚੇ, ਅੱਜ ਮੇਰੀ ਮੁਰਸ਼ਿਦਾਦੀ ਦੇ ਹੱਕ ਮਾਰੀ ਚੇ, ਵੱਤ ਹੱਕਲ ਮਾਰ ਕੇ ਦੇ ਸੱਚ ਦੱਸਾ, ਤ੍ਰੀਜੀ ਦਿਹਾੜੇ ਤਸੀਆਂ ਕਹਿੰਦੀਆਂ ਧੀਆਂ ਬੈਠੀਆਂ। ਸਦਕੇ ਸਦਕੇ ਆ ਮੈਂ ਬਾਰਵਾਂ ਕਹਿੰਦਾ ਮੁਹੱਬਤ ਨਗਵਾ ਮਾਨ, ਇਹ ਹੱਥ ਹੁਸੈਨ ਨਿਦਰੀ ਨਾਲ ਮਸਤੀ ਵਨ, ਸੱਚ ਦੱਸਾ ਅੱਜ ਤ੍ਰੀਜੀ ਦਿਹਾੜੇ ਤਸੀਆਂ ਕਹਿੰਦੀਆਂ ਧੀਆਂ ਬੈਠੀਆਂ। ਸਹੀ ਆਦਾ ਤੇ ਤੂੰ ਖੈਮੇ 'ਚ ਬੈਠੀ, ਇੱਕ ਦਰਦ ਹੀ ਸੁਣਾਵਣੇ, ਕਬਰ ਯਾਦ ਆਇਆ ਲੀਕ ਮੁਕਾਨ ਜ਼ਰੂਰ ਦੇਸੇ। ਤੂੰ ਖੈਮਾ 'ਚ ਬੈਠੀ, ਮੈਂ ਵੀ ਬੜੀ ਕੋਸ਼ਿਸ਼ ਕੀਤੀ ਏ, ਪਰ ਮੈਂ ਕੋ ਮੇਰਾ ਸਰਦਾਰ ਇਜਾਜ਼ਤ ਨਹੀਂ ਦਿੰਦਾ। ਆਦੀ ਅਬਾਸ ਅਗਰ ਤੈ ਕੋ ਇਜਾਜ਼ਤ ਨਹੀਂ ਮਿਲਦੀ ਤਾਂ ਵੱਤ ਖੈਮਾ 'ਚ ਮੈਂ ਨਾ ਬਹਿ ਸਕਦੀ। ਐਵੇਂ ਪੁੱਤਰ ਫਜ਼ਲ ਦੇ ਪਾਸੇ ਦੇਖ ਕੇ ਆਦੀ ਫਜ਼ਲ ਭਾਵੇਂ ਕਹਿ ਦੁਸ਼ਮਣ ਕੋਲ ਹੀ ਪੁੱਛਣਾ ਪਵੀ, ਹੁਣ ਨਜਫ ਦਾ ਰਾਹ ਪੁੱਛਾ। ਅਬਾਸ ਅਦੇ ਇਹੋ ਜਿਹੀਆਂ ਗੱਲ ਕਿਉਂ ਪਈ ਕਰੇ ਨੀ? ਆਦੀ ਅਬਾਸ ਤੂੰ ਮੈਦਾਨ 'ਚ ਹੋਣੇ, ਤੂੰ ਆਪਣੇ ਮੁਰਸ਼ਿਦ ਹੁਸੈਨ ਕੋਲ ਹੋਣੇ, ਮੈਂ ਹੁੰਦੀ ਖੈਮੇ 'ਚ। ਆਦੀ ਅਬਾਸ ਮੈਂ ਕੂੰ ਤੇਰੀ ਮੁਰਸ਼ਿਦਾਦੀ ਦੇ ਦੁੱਖੇ ਪਾਸੇ ਦੀ ਕਸਮ ਹੈ, ਹੁਸੈਨ ਦੀ 4 ਸਾਲਾਂ ਦੀ ਧੀ ਕਈ ਦਫ਼ਾ ਬਾਲਾਂ ਕੋ ਨਾਲ ਲਾ ਕੇ ਆਈ, ਹਰ ਲਿਆਣ ਕੇ ਮੇਰੇ ਕੋਲ ਇੱਕੋ ਸਵਾਲ ਕਰੇਂਦੀ, ਹੈ ਚਾਚੀ ਹਾਲੇ ਮੇਰਾ ਚਾਚਾ ਨਹੀਂ ਆਇਆ। ਬੜੀ ਰੂਹਾਨੀਅਤ ਮਜਲਿਸ ਬਈ, ਤੈਂ ਬੜਾ ਮਾਤਮ ਕਰਨਾ, ਹਾਂ ਤੇਰੀ ਪਿੰਨੀ ਖਣਾ ਇੱਜ਼ਤ ਆਲਿਓ। ਆਦੀ ਅਬਾਸ ਮੈਂ 6 ਦਫ਼ਾ ਇਨਕਾਰ ਕੀਤਾ ਜੋ ਹਾਲੇ ਨਹੀਂ ਆਇਆ। ਆਦੀ ਅਬਾਸ ਜਿਹੜੇ ਮੈਂ 7ਵੀਂ ਦਫ਼ਾ ਆਉਂਦਾ ਡਿੱਠੇ ਨਾ, ਲਵ ਸਮਝੇ ਲਵ ਲੋਕੇ ਨਖਵੇਂਦੀ ਤੇਰੀ ਮੁਹੱਬਤ ਪਈ ਹੈ, ਜਿਹੜੇ ਮੈਂ 7ਵੀਂ ਦਫ਼ਾ ਆਉਂਦਾ ਡਿੱਠੇ ਨਾ, ਹੁਣ ਮੇਰੇ 'ਚ ਇਨਕਾਰ ਦੀ ਤਾਕਤ ਕੋਈ ਨਹੀਂ, ਬੀਅਤ ਮੇਰਾ ਕੋਈ ਜ਼ਹਿਨ ਨਹੀਂ ਮੰਨਣਾ, ਮੈਂ ਜਲਦੀ ਨਾਲ ਕੁਰਾਨ 'ਚ ਖੋਲੇ। ਆਦੀ ਅਬਾਸ ਮੈਂ ਕੁਰਾਨ ਪੜ੍ਹਦੀ ਰਹੀ ਹਾਂ, ਮਾਸੂਮਾਂ ਤੋਂ ਨਿਮ ਡਿੱਠਾ, ਮੈਂ 7 ਸਿਪਾਰੇ ਪੜ੍ਹ ਕੇ ਦਿਨ ਮਾਸੂਮਾਂ ਤੋਂ ਨਿਮ ਡਿੱਠਾ, ਮੈਂ ਚੁੱਪ ਕਰਕੇ ਖੜੀ ਆਈ। ਆਦੀ ਅਬਾਸ ਮਰ ਵੰਜਾ ਹੈ ਮੰਜ਼ਰ ਨਾ ਦੇਖਾ ਹਾਂ, ਜਿਹਲੇ ਮੈਂ 8ਵਾਂ ਸਿਪਾਰਾ ਖੋਲਣ ਲੱਗੀ ਆ ਨਾ, ਵੱਤ ਆਸਮਾਨ ਵਾਲੇ ਪਾਸੇ ਮੂੰਹ ਕਰਕੇ ਆਦੀ ਸੱਚਾ ਦਿਨ ਸ਼ਾਲਾ ਗਰੀਬ ਕੋਈ ਨਾ ਹੋਵੇ, ਮੈਂ ਏਡੀ ਗਰੀਬ ਥੀ ਗਈ ਹਾਂ, ਮੇਰੀ ਚਾਚੀ ਮੈਂ ਡੋਡੇ ਦੀ ਵੀ ਸਦਕੇ ਬਈ, ਤੁਸੀਂ ਕੋਈ ਦੁੱਖ ਨਾ ਦੇਖੋ, ਏਡੀ ਗਰੀਬ ਥੀ ਗਈ ਹਾਂ,
मैडी चाची मैडो डेदी भी नहीं ये गल्लां पई होनियां अल्लाह जाने हुसैन धी कुबाला दसे जो चाचा आ गए गैरत तौली में मशक पाने दी चाइस खाली इवें चाचे को आखड़ी इवें चाचे तो देख क्या दिए चाचा पानी उमर आने से जले मैं दस घर मर बसी अब्बास की आवाज आंदी सैन मैं कोशिश बड़ी की है मैं को तेरा बाबा इजाजत नहीं देंदा आज ये चाचा घबरा नहीं इजाजत मैं गिन देनी हाँ गैरत तौली जले अब्बास को सिफारिश लभी है ना जल्दी दे नाल अब्बास आदे वक्त सैन मशक तू पवा पानी आया तो नौकर आसी नित तेरा नौकर खेमे ना आसी मैं को मिंबर दी कसमे हुण लाव समझाए भाई मैडी जाकरिच अब्बास दी वफा तू इंदे तो वड़ा लफ्ज कोई नहीं जेड़ा मैं हुण तेरे हवाले करने सैयद दे मशक तू पवा इवें चाचे दे पासे देख के दिए चाचा तेरा कद बुलंद है मैडा कद छोटा है लव समझे चाचा तेरा कद बुलंद है मैडा कद छोटा है गैरत जले मासूम ए गल कीती है ना अब्बास रो क्या दे मशक तू पवा झुकण दे तरीके मैं को मां सिखा छोड़े सदके सदके मशक तू पवा झुकण दे तरीके मैं को मां सिखा छोड़े इज्जत आलो मैं आखे एक लव सामने आ गए जवारा कोल गवाई गिन के लव तेरे हवाले करें ना मैं आखे मासूमा आखे तेरा कद बुलांदे और हई भी इवें कारबला दे जितने शहीद हैं ना उन्हें सारा चो कद आवा रही मौला अब्बास आज वन दे कारबला सारा तू छोटी कबर ही अब्बास दी है बुजुर्ग पढ़ते हैं कासिम तू ढेर तकसीम आ हुसैन हाथ लेंदा गे अब्बास नाल मशक तू पवा झुकण दे तरीके मैं को मां सिखा छोड़े तारीखां च मिलदा है बुजुर्ग पढ़ते हैं इतना झुका है अब्बास अब्बास दे दोवे हाथ मासूमा दे कदमा ते आ लगे वफा है ना वफा दे सदके बुजुर्ग बैठे आ देन अब्बास दे दोवे हाथ मासूमा दे कदमा ते कुछ बंदा लफ्ज दा वजन नहीं कीता जेड़ा कदमा ते हाथ लई खड़ा है उम्र 34 साल है जेंदे कदमा ते हाथ लई खड़े होए 4 साल दी जेड़ा कदमा ते हाथ लई खड़े चाचे है जेंदे कदमा ते हाथ लई खड़े भतरीजी ते धी है गैरत वाले मंजर हर कहीं डिठे जिवे हुसैन डिठे हो कहीं नहीं डिठा इवें धी वाले पास देख के फरमाइंदन क्या पई करे नी आदि चाचे को पानी दो पई भिजेनिया हुसैन आदे तसीए आदि नहीं मैं को अपनी तस दी परवाह नहीं मेरा भिरा पिया मरदे इवें धी वाले पासे देख के आदे सच दसा भिरा इवें प्यारे होने जिवें ते को प्यारे आदि बाबा मैं को बहु प्यारे धी वाले पासे देख के आदे सोच के टोरे मत अपनी न बची ते मैं नहीं मरा भावे सदके 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 भाई थोड़ी जिंदगी की कदर हो जिन औखे लफ्ज की कदर की सोच के टोरे मत अपनी न बची ते मैं दे मरा बावे आदिए बाबा मेरा भेरा बहुत तस है मैं चाचे को भेजे सा हुण हुसैन दी आवाज आंदी है अगर ई मैदान वंजना ना वती को मैं नहीं टोरना इनो की मेरी तैयारी वाली मजलिस याद है आदि बाबा कै टोरना है सैयद दे को टोरना है जेड़ी इंदी जामिन पई हई आलिया सैन को जले पता लगे ना हुण अब्बास दी वो हालत है कदमा ते हाथ लई बैठे है पियो ते धी दी गल बैठा सुन दे इजे ताले ओ जले मेरी सैन को पता लगे ना जो अब्बास को मैं टोरना है उबाल लिया ही खैमा दे विच हुसैन दे पासे देख के दे सच अब्बास को मैं टोरना है हुसैन दी आवाज आंदी हाथ तें टोरना है वत भिरा दी अखी चक पा के दी अगर मैं टोरना है तो वत मेरे भिरा को मिट्टी ते क्यों बलाई मेरी सैन दी आवाज आंदी गाजी टोर वण साडी नीब वैसी अल्लाह दा दीन बचे साडी खैर है गैरत आलो हुण लफ्ज आ गए मातम हाले मेरे पिन्ने हुए लफ्ज हाँ हले तो हाय कर छोड़े अब्बास ने जल्दी दे नाल तलवार लहाइए नेजा लहाए जिरा लहाइए हुसैन डेढ़ा खड़े
لاو سمجھیں بھائی، عباس تلوار لہی، زرہ لہی، نیزہ لہایا، تیر کمان چپاتا، حسین ڈیدہ کھڑے، سید دے غازی کیا پیا کریں دے؟ آدھے مولا میدان نہیں ونجنا، سید دے ونجنے، آدھے مولا وقت ہتھیار چاہے حسین دے آواز اندھی سارے نا، لاو سمجھیں، سارے نا، ہکو نیزہ چاہا، عباس دی آواز اندھی ہے مولا میں لڑنا نہیں، شبیر دی آواز اندھی تے نہیں لڑنا، انڈیڑے بھیراوان دے بھیرا بیٹھو دکھائے میرے علی پاسے لفظ اوکے آگئے ہاتھ دیکھ سا کتنے نرلہ بڑھائی ماتم واسطنگ عباس دے چہرے تے جلال ہے مولا کیویں نہیں لڑنا، انہا میڈا اکبر مارے، انہا میڈا قاسم مارے، انہا میرے اون محمد مارے، غیرہ تا جو لے عباس دے چہرے تے جلال دیتا سنا حسین دے پاک دے پیچ کھل کے گالی چین بھیرا دو دیکھ کیا دیوان لڑ جتنا دل آکھی لڑ پر غازی اے سوچ کے لڑے تیرے ہر وار دا بدلا میں نیا بھینی شام وردے بڑے لوگ اکسن پتھر مارو غازی نیا بھینی صدقے 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 بھئی توڑ تک ماتمی دار ماتم کریں دے پہن شاہلہ اپنے گا مجھنا رو بھئی لوگ اکسن پتھر مارو غازی دیا مہینی آگئی ہیں تیرے ہر وار دا بدلا میں نیا مہینی شام نیونے عزت آلے ہو اتنے تک ذاکر پڑھ دیں بسم اللہ دا ثواب ہوئے میرے بابا نیا حسین شاہ کو اگلی لاؤ دلنا دیں او فرمین دے رانے ہیں جلے عباس اے سنے نا جو میں دے ہر وار دا بدلا میں نے سینی شام نیمنے آدھے مولا اے فوج میں دے واسطے کٹھی تھی ہے نا حسین آدھے ہاں آدھے مولا وقت منت لا میں دیاں اکھیں تے بان پٹی میں دے ہتھاں کو کار پا باند میں کو گھنوان عمر ابن سعد دے کول میں وان کیوں دی منت کرنا جتنا مارنے میں کو مار وعدہ کار انہ کو خوشنا آپ سے میں صدقے دیوان جتنا مارنا وے میں کو مارو میں نیا سینی کو بھلا ہوئے بھئی توانی دنگی اندھی کلر ہوئے باس بھئی تور پیا باس میدان علی پاسے دا کر پڑھ دیں باس کنارہ خالی کیتے بابا صاحب حسین شاہ داؤں دائی عباس دا رو بیڈائی عباس جڑے پاسے گھوڑا مڑن دے فوج آپ پہ ہٹ میں دیئے عباس گھوڑے دا روخ رکھے دریا آلے پاسے فوج آپ پہ ہٹ گئی ممبر دی قسمیں ہون پنیو حلاوز آگئن عباس گھوڑے تلتھے عباس مشک چاہیے ہون جنہ مشکاں لٹھین جڑے بزرگ بیٹھے ہو جڑے ہی مشک بھرنی ہوئے بات پانی دے وچ مشک داخل کرنی پوندیئے او بات بھرین دیئے وقت کو باہر کڑھیں دے غیرہ تو لے عباس ہی مشک ایمیں بھری ہے ایمیں جلے مشک بھار کے مشک بھریج گئی ہے نا تیوا تیویں اپنے ہتھاں لے پاسے ڈٹھس تی ہتھاں تر ہتھاں تے لگ گیا ہی پانی غیرہ تو لے وقت ڈٹھس خیمہ لے پاسے جو او حالے تسیئن انہا پانی ڈٹھے ہی نہیں ایمیں ہتھاں لے پاسے دیکھ کے وقت آسمان لے پاسے موقع دس میں ڈالا علی دی دھیاں تو پہلے سراب تھائیں دعا پیا کریں ناشاءاللہ قبر ہی چی میرے نال نہ ہوئے جڑے زوار بیٹھن گوائی ڈیوائے جتا باز دفانے اتھا باز کوئی نہیں ہوئی ہے نا باز دی دعا قبول بھلا ہوئے بھلا ہوئے تو سندھ کربلا میں نہیں بیٹھے ہوئے بھئی آل محمد رازیم دعا پیا کریں نا قبر ہی چی میرے نال نہ ہوئے باز بیزہ تلیو مشک بھریس عمر ابن سعد فوج دے پاسے دیکھ کے اگر پانی پہنچ لیا اسا جتی جنگ ہر ویس انہا یک بار حملہ کیتے عباس دفاع ودہ کرندے لڑا نہیں میں والا آدھا پی عباس اگر لڑے ہاں تا انہا ظالمہ جو کوئی بھی نہ بچے عباس فقط دفاع ودہ کرندے تھوڑا جیاں میرا ساتھ دے سے انہوں نے ساہ نہ چکے ممبر دی قسمیں عباس دی کوشش ہے میں پہنچاں یا نہ پہنچاں پانی خیم میں ضرور بنیے بزرگی میں پڑھ دیں عباس پانی ودہ بچیندہ آئی ہی کمینہ کول آکے ہس کیا دے تو پانی ودہ بچیندہ پچھا دیکھ تھوڑے خیم میں کبھال لگ گئی ہے غیرہ تالے پانی تو ڈھیر پیارا ہے سین دا بھرکا انہیں مڑ کے دیکھا لگے لانا تو ہی کمینے تے اون چھاپ کے وار کیتے عباس دا سجا بازو کلم ہوئے
ٹھڈا صاحب بھر کے دے ون اسغر دی ویل ہن مشک پاتس کبے ہاتھ وچ غیرت لے بے ظالم چھپ کے وار کیتے کھبا بازو کلام ہوئے ادے وانیو مسوماں دی ویل ہن دکھائے میرے والے پاسے ہن مشک دے ڈوریاں پاتیاں سموچ عباس دی کوشش ہے پانی ضرور پہنچے غیرت والے حرمل کمینے تے لعنت ہوئے ای پروں کھڑ کے عباس دا نشانہ نہیں کیتا ای سیدھا مشک دا نشانہ کیتا ہے ممبر دی قسم ای تیر مارے جڑا آن کے سیدھا مشک وچ لگے اتھائی میرے بزرگاں دے دو لفظ ہیں درجات بلندن بابا سی صاحب حسین شاہ دے او پڑھدے رہندے ہیں پانی نہیں لڑھا عباس دی 32 سال دی محنت زمین تے لڑی ہے غیرت والے پانی لڑدا رہے عباس چپ کر کے دیندا رہے ممبر دی قسم ہے میں کو تیرے سونے ماتم دی قسم ہے جلے پانی لڑ گئے نا ہن عباس گھوڑے والے پاسے ڈٹے گھوڑا ہن میڈا خیمہ چ ونجن کوڑے ہن خیمہ والے پاسے نہ ون ہن اون پاسے ون جتھے فوجاں دا ڈھیر ہجوم ہوئے ہن آپ انصاف نال دساؤ جہن دے واسطے 900,000 فوج کٹھی تھئی تے اون دے بازو نال کوئی نہیں اے ظالم کھڑے رہے حسین بول کے جواب دے میں وین کراں اے کھڑے رہے حسین نہیں ظلم دے بدل غازی کو ویڑ گئے کوئی سجیو ظلم کریندا اے کوئی کھبیو اجر رسالت دیندا اے کوئی کنڈ پچھو وار کریندا اے کائیں دے وار دی عباس پرواہ نہیں کیتی جڑی ہائے بیٹھے کریں دے او غازی ہائے بھی نہیں کیتی بزرگ پڑھدے آئیں ہک ظالے پر او کھڑ کے تیر مارے جڑا آڑ کے سدھا باز دی سجیا کھچ لگا بازو تہائن کوئی نہ کڈھے کیویں آ 70 دفعہ بعد جھٹکا دیتے جو تیر کڈھا پر نہیں نکلا تیر اس حددار تو گن کے اس آخری مکانی تک جگر تیاترا کے گالا جواب دے در تو کڑ دا تیر بول در تو کڑ دا نہیں میڈا ویر درجات بلالون میرے بابا سیئے صابر حسین شاہ دے او پڑ دے رانے ہیں نباز دی سوچے یہ گے اکبر دی برچی کڑ کے بڑھنا تھی گے میڈا تیر چکے نے زینب دا ویر مرنو نے غیرہ تالیو تیر وگا کڑ دا ایک ظالم مزری گردوار کی رہے غیرت والے عباس تو زین چھٹ گئی لانی جات عقل مار کے آدھے مولا نوکر دا چیکڑی سلام آتا مسوڑا لگ دے جڑے بندے رین کر کے رون دے پہ اجلے عباس یہ کل سنی شبیر دے کمار دے ہاتھ آئینا ٹیبے لانا چڑھا ودا رون دے ودا تے آدھا ودا میں تو دور لالا ہے ماتم کرنا بھائی بن گئی نا کربلا بن گئی کربلا نوکرا ہو میں تو دور نہ لائے نہ ٹر سکدا ٹوٹ کمر گری بدی گئی ہے سیدا ڈھائے میں جیندا نہیں ہو میڈا جنگا بھلا ہوئے ایک منزل ودھا اوئے روزی میں تڑے تیتا ہے تیرے بندے ویڑ کار کروں دے پائے ہو غیرت آلے ہو درجات بلند ہوئے قبلہ نسیم عباس صاحب دے او فرمے دے رانے آئے ہیں دو لاشاں تے اوکھا ہے اکبر دا بابا دو لاشاں تے اوکھا ہے اکبر دا بابا ایک اکبر دی لاش تے اوکھا ہے کیویں اوکھا ہے ٹر کے نہیں آیا زانو بزانو آیا ہے دوجا غازی دی لاش تے اوکھا ہے زانو بزانو نہیں 120 دفعہ مٹی تے ڈھڑا ہے ہائے عباس کر کے جڑ پودا ہے یا علی کر کے اٹھی کھڑا ہے سیدہ دے غازی تو تلہے گے میں کو ڈزا ماتم چھت رہے دیو سیدان راضی ہوئی مین تمہیں ہون کرنے غیرت آلیو جر لے غازی لچھائے تے حسین دی 4 سالان دی دھیک پتہ لگے
جو میڈا چاچا لہ گئے میں کمیمبر دی قسم اے خیمہ دے باہر آئی سار تو چادر لائی پیو دے نام حقل ماریز نکے نکے آج بار کے آدھیے میں کو معاف جکارا او مانگ بیٹھیاں پانی آئے یسر بدا سردارے او سادی پیاس نے تیری او کرام بھلا ہوئے بھئی بھلا ہوئے بھلا ہوئے کیا بات ہے تھاری محبت دی تُسا حق ادا کی تھی بیٹھے ہوئے ماتم دا حق ادا ہو گیا گھینا بھائی او میں صدقے تھی ماں میرے گھینا غیرت آلے ہن میرے آلے پاسے دیکھ ایک غمین سنا کے واتی نا دے سے دمین سنے نا غیرت آلے ہو دیر لے غازی لتھائے فوجان جشن مناونے شروع کی تے تبال چھا دیا نے وگین آلیا سین دی آواز اندی مفیدہ کیا بنی ہے آدھی سچ پٹ دی تیرا غازی لہے گے غیرت آلے ہو جلے میری سین کو پتہ لگائے ساریاں بی بیاں کوئی خیمت کٹھا کی دے رنیے ترو کے آدھی میں کوئی نازمین او تاڑے برکان دی ہونے ہر کوئی خدا نگرانے او میڈا غازی لہے گے آمدی شام دی تھکی سینی نم ہوئی بنی جواب ہے نا ارے آبی ایک میڈا لگی آبی انو آ غیرت آلے ہو دیر لے غازی لچھا ہے جلے غازی لچھے تے حسین دی دھی کو پتہ لگے جو میڈا چاچا لہے گئے ایویں خیمہ دے دار تے خالی جام چاہی کھڑی ائی چاچے والے پاسے ڈٹھے رنیے تے رو کے آ دیے ہک واری خیمے آ چاچا ماتم سارے کرائے ہک واری خیمے آ چاچا ساڈا کوئی نہیں تے دس ماتم سونا لگ رہے اے ہن بن گئی کربلا ساڈا کوئی نہیں تے دے سوا چاچا غیرت والے ترائے حقلا ماریس غازی کوئی جواب نہیں دتا اوے لے اڈیاں وین کیتے جو کربلا ہل گئے آدھی چاچا ایک دفعہ خیمہ دے در تے دیکھ او جندے شرم تو سورج نہ چڑیا او کھڑی اے باجری دا نمڑا کرا بھائی او جند شرام تو سورج نا تھک نہیں بھائی تھک نہیں میں ہی کمین سنے نا اینڈ ہی سیدہ مین سنے نا غیرت آلے ہو حقلا ماری ہیں جلے غازی کوئی جواب نہیں دیتا وقت چاچے جو دیکھ کیا دیے جواب جو نہیں دیندا میں کوئی سال ٹکنا ہے چاچے جو دیکھ کیا دیکھ دفعہ میں جو دیکھ او میں تا ونیانا ہے شاہ مت نہیں ولنا مت ونیا دیشا مت نہیں ولنا ایک واری گل نللا راضی بابا چلو ایک بھی امین چکر ہے نا انہ دی دعا دلاؤں ملک یور دن کی دراز فرماوے دو کرا او مت ونیا دیشا مت نہیں ولنا ایک واری گل نللا غیرت آلے ہو غیرت آلے جلے غازی لچائے انہا ظالمہ دے حوصلے واد گئے انہا خیمہ دے پیار سے گھوڑے دوڑائیں اولے حسین دی دی وین کیتا ہے آدھی شاپ حسام جفا جہاں ویڑ گدا ساڑے برکے آ بچوا